ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰਾਂਗੇ ਸੱਚੀਆਂ ਗੱਲਾਂ ਵਿੱਚ ਜਤਿਨ ਕੀ ਵਾਲਾ ਜੀ ਤੁਹਾਡਾ ਅਤੇ ਅੱਜ ਆਪਾਂ ਕਰਨੀਆਂ ਤਾਂ ਨਾ ਸੱਚੀਆਂ ਗੱਲਾਂ ਪੋਇਟਰੀ ਦੀ ਫੋਰਮ 'ਚ ਸੁਣੀਆਂ ਜ਼ਰੂਰ। ਕਹਿੰਦੇ ਆ ਕੋਈ ਤੇਰਾ ਲੱਖ ਮਾੜਾ ਕਰੇ ਮੁਰੀਦਾ ਤੂੰ ਉਹਦਾ ਚੰਗਾ ਕਰਿਆ ਵੀ, ਕੋਈ ਤੇਰਾ ਲੱਖ ਮਾੜਾ ਕਰੇ ਮੁਰੀਦਾ ਤੂੰ ਉਹਦਾ ਚੰਗਾ ਕਰਿਆ ਵੀ। ਇਹ ਕਹਿਣ ਤੋਂ ਪਹਿਲਾਂ ਕਿ ਮੈਂ ਉਹਦਾ ਬੜਾ ਕੀਤਾ, ਇਹ ਕਹਿਣ ਤੋਂ ਪਹਿਲਾਂ ਕਿ ਮੈਂ ਉਹਦਾ ਬੜਾ ਕੀਤਾ, ਇੱਕ ਵਾਰ ਹੋਰ ਉਹਦਾ ਹੀ ਚੰਗਾ ਕਰਿਆ ਵੀ, ਇੱਕ ਵਾਰ ਹੋਰ ਉਹਦਾ ਹੀ ਚੰਗਾ ਕਰਿਆ ਵੀ। ਕਹਿੰਦੇ ਆ ਯਾਰ ਤੁਸੀਂ ਹਰ ਇੱਕ ਦਾ ਚੰਗਾ ਕਰੋ, ਕਿਸੇ ਦਾ ਮਾੜਾ ਨਾ ਕਰੋ, ਜੇ ਤੁਸੀਂ ਕੀਤਾ ਵੀ ਆ ਅਗਲੇ ਨੂੰ ਅਹਿਸਾਸ ਨਾ ਕਰੋ। ਅਤੇ ਹੁਣ ਆਪਾਂ ਇਹ ਗੱਲ ਮੈਂ ਕਿਤੇ ਪੜ੍ਹੀ ਸੀ, ਉਹ ਕਹਿੰਦੇ ਆ ਕਿ ਅੱਧੀ ਜ਼ਿੰਦਗੀ ਗੁਜ਼ਾਰ ਦਿੱਤੀ ਅਸੀਂ ਪੜ੍ਹ ਪੜ੍ਹ ਕੇ, ਅੱਧੀ ਜ਼ਿੰਦਗੀ ਗੁਜ਼ਾਰ ਦਿੱਤੀ ਅਸੀਂ ਪੜ੍ਹ ਪੜ੍ਹ ਕੇ, ਪਰ ਸਿੱਖਿਆ ਕੀ? ਇੱਕ ਦੂਜੇ ਨੂੰ ਨੀਵਾਂ ਦਿਖਾਉਣਾ। ਮੈਂ ਇਹ ਕਹਿੰਦਾ ਯਾਰ ਉਹ ਆਪਣਾ ਖਾਂਦਾ ਤੁਸੀਂ ਆਪਣੇ ਖਾਂਦੇ, ਅਗਲਾ ਆਪਣੀ ਮਿਹਨਤ ਦਾ ਖਾਂਦਾ ਤੁਸੀਂ ਆਪਣੀ ਮਿਹਨਤ ਦਾ ਖਾਂਦੇ, ਹੈ ਨਾ। ਪਰ ਯਾਰ ਮੈਂ ਇਹ ਕਹੂੰਗਾ ਤੁਸੀਂ ਅਗਲੇ ਤੋਂ ਬੈਟਰ ਵੀ ਹੈ ਨਾ, ਅਤੇ ਤੁਸੀਂ ਅਗਲੇ ਤੋਂ ਉੱਤੇ ਵੀ ਆ, ਤਾਂ ਅਗਲੇ ਨੂੰ ਨੀਵੇਂ ਹੋਣ ਦਾ ਅਹਿਸਾਸ ਨਾ ਕਰੋ ਕਿ ਹਰ ਇੱਕ ਆਪਣੀ ਮਿਹਨਤ ਦਾ ਖਾਂਦਾ। ਮੈਂ ਤੁਹਾਨੂੰ ਇਹੀ ਕਹੂੰਗਾ ਕਿਸੇ ਨੂੰ ਮਾੜਾ ਨਾ ਆਖੋ ਨਾ ਮਾੜਾ ਸੁਣੋ, ਜਿੱਦਾਂ ਕਿਸੇ ਨੂੰ ਬੋਲੂੰਗੇ ਉਦੀ ਸੁਣੂੰਗੇ, ਠੀਕ ਹੈ। ਅਤੇ ਇੱਕ ਗੱਲ ਮੈਂ ਹੋਰ ਪੜ੍ਹੀ ਸੀ, ਉਹ ਕਹਿੰਦੇ ਆ ਪਰਮਾਤਮਾ ਦੀ ਅਦਾਲਤ ਬਹੁਤ ਨਿਆਰੀ ਆ, ਤੂੰ ਚੁੱਪ ਕਰਕੇ ਚੰਗੇ ਕਰਮ ਕਰਦਾ ਰਹਿ, ਤੇਰਾ ਹਰ ਮੁਕੱਦਮਾ ਖੁਦ ਲੜੇਗਾ। ਉਹ ਕਹਿੰਦਾ ਆ ਕਿ ਪਰਮਾਤਮਾ ਦੇ ਅੱਗੇ ਤੂੰ ਚੰਗੇ ਕਰਮ ਆਪਣੇ ਕਰ, ਤੂੰ ਆਪਣੇ ਚੰਗੇ ਕਰਮ ਕਰਦਾ ਰਹਿ, ਪਰਮਾਤਮਾ ਤੇਰਾ ਚੰਗਾ ਕਰੂਗਾ। ਤੂੰ ਕਿਸੇ ਦਾ ਚੰਗਾ ਕਰ, ਉਹ ਤੇਰਾ ਚੰਗਾ ਕਰੂਗਾ। ਜੇ ਤੂੰ ਕਿਸੇ ਦਾ ਮਾੜਾ ਕਰੂੰਗਾ, ਤੇਰਾ ਵੀ ਮਾੜਾ ਹੀ ਹੋਊਗਾ। ਇੱਦਾਂ ਹੀ ਕਹਿੰਦੇ ਨਾ ਜੈਸੀ ਕਰਨੀ ਵੈਸੀ ਬਾਨੀ। ਤੋ ਮੈਂ ਆਹੀ ਤੁਹਾਨੂੰ ਇਸ ਵੀਡੀਓ 'ਚ ਤੁਹਾਨੂੰ ਦੱਸਣਾ ਚਾਹੁੰਦਾ, ਹਰ ਇੱਕ ਦਾ ਚੰਗਾ ਕਰੋ, ਕਿਸੇ ਦਾ ਮਾੜਾ ਨਾ ਸੋਚੋ। ਜੇ ਤੁਹਾਡਾ ਕੋਈ ਭਰਾ ਜਾਂ ਭੈਣ ਅੱਗੇ ਵਧਣਾ ਚਾਹੁੰਦੇ ਆ, ਕਿਸੇ ਫੀਲਡ 'ਚ ਅੱਗੇ ਵੱਧਦੇ ਆ, ਉਹਦੀਆਂ ਲੱਤਾਂ ਨਾ ਖਿੱਚੋ, ਉਹਨੂੰ ਮੋਟੀਵੇਟ ਕਰੋ। ਗਲਤ ਵੀ ਹੈ ਨਾ, ਬੰਦਾ ਇੱਕ ਵਾਰੀ ਗਲਤ ਹੁੰਦਾ, ਦੋ ਵਾਰੀ ਗਲਤ ਹੁੰਦਾ, ਤਿੰਨ ਵਾਰੀ ਗਲਤ ਹੁੰਦਾ, ਕਦੇ ਨਾ ਕਦੇ ਉਹ ਸਹੀ ਹੋ ਹੀ ਜਾਂਦਾ, ਹੈ ਨਾ। ਜਿੱਦਾਂ ਹੁਣ ਮੈਂ ਵੀ ਵੀਡੀਓ ਬਣਾਉਣਾ, ਕਈ ਵੇਲੇ ਉਹਦੀ ਹਾਸੇ ਮਿਆਂ 'ਚ ਸਿੱਟ ਦਿੰਦਾ, ਕੁਛ ਕਰ ਦਿੰਦਾ, ਬਟ ਕਦੀ ਤਾਂ ਪ੍ਰੋਫੈਸ਼ਨਲ ਬੇਸ 'ਤੇ ਬਣਾਵਾਂਗੇ, ਕਦੀ ਤਾਂ ਇੱਕ ਸਾਲ ਬਾਅਦ, ਦੋ ਸਾਲ ਬਾਅਦ, ਤਿੰਨ ਸਾਲ ਬਾਅਦ। ਆਹੀ ਕਹਿੰਦਾ ਕਿ ਕੋਈ ਜਿੱਦਾਂ ਦਾ ਮਰਜ਼ੀ ਆ ਯਾਰ, ਤੁਸੀਂ ਮੋਟੀਵੇਟ ਕਰੋ ਉਹਨੂੰ ਕਿ ਤੂੰ ਕਰ, ਅਸੀਂ ਤੇਰੇ ਨਾਲ ਆ। ਇਹ ਨਹੀਂ ਕਿ ਕਹਿਤਾ ਕਿ ਅਸੀਂ ਤੇਰੇ ਨਾਲ ਆ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਨਾਲ ਆਪਾਂ ਸਾਰੇ ਹੀ ਹਾਂ, ਪਰ ਜਦੋਂ ਟਾਈਮ ਹੁੰਦਾ ਨਾ, ਉਦੋਂ ਸੋਚੋ ਕੋਈ ਵਿਹਲਾ ਹੀ ਹੋਊਗਾ ਜਿਹੜਾ ਇੱਕ ਜਣਾ ਨਾਲ ਖੜਾ ਹੋਊਗਾ ਤੁਹਾਨੂੰ ਮੋਟੀਵੇਟ ਕਰਨ ਲਈ। ਉੱਦਾਂ ਮੈਂ ਵੀ ਕਹਿ ਦਿੰਦਾ ਨਰੇਕ ਨੂੰ ਯਾਰ ਮੈਂ ਤੇਰੇ ਨਾਲ ਆ, ਪਰ ਮੈਨੂੰ ਵੀ ਇਹ ਚਾਹੀਦਾ ਕਿ ਸੋਵਾਂ ਦੇ ਵਿੱਚੋਂ ਮੈਂ ਇੱਕ ਇੱਦਾਂ ਦਾ ਹੋਵਾਂ ਜਿਹੜਾ ਕਿਸੇ ਨੂੰ ਮੋਟੀਵੇਟ ਕਰਾਂ। ਸੋ ਪਲੀਜ਼ ਤੁਹਾਨੂੰ ਆਹੀ ਕਹੂੰਗਾ, ਹਰ ਇੱਕ ਨੂੰ ਸਪੋਰਟ ਕਰੋ, ਹਰ ਇੱਕ ਦਾ ਪਿਆਰ ਪਾਓ, ਜੈਸੀ ਕਰਨੀ ਵੈਸੀ ਬਣੀ। ਤੁਹਾਡੇ ਕਰਮ ਤੁਹਾਡੇ ਸਾਹਮਣੇ ਆਹੀ ਜਣੇ ਆ, ਚਾਹੇ ਚੰਗੇ ਆ ਜਾਂ ਮਾੜੇ ਆ। ਤਾਂ ਹੁਣ ਆਪਾਂ ਕਰਾਂਗੇ ਅਗਲੀ ਵੀਡੀਓ ਗੱਲਾਂ, ਆਪਾਂ ਕਰਦੇ ਹਾਂ ਸੱਚੀਆਂ ਗੱਲਾਂ ਵੇ ਜਤਿਨ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।